Hello dear students, welcome back to your own YouTube channel Dr. B. Jeet, where we learn something new every day. ਅੱਜ ਆਪਾਂ ਕੁਝ ਨਵਾਂ ਸਿੱਖਣ ਦੇ ਲਈ ਇੱਕ ਇਹੋ ਜਿਹਾ ਲੈਸਨ ਰੀਡ ਕਰਨਾ ਹੈ ਜਿਹਦਾ ਟਾਈਟਲ ਹੈ ਲੈਟਰ ਟੂ ਅ ਟੀਚਰ. ਬੇਸਿਕਲੀ ਜੋ ਕਿ ਲਿਖਿਆ ਗਿਆ ਸੀ ਸਟੂਡੈਂਟਸ ਦੇ ਦੁਆਰਾ ਹੀ, ਪਹਿਲੀ ਗੱਲ. ਦੂਸਰੀ ਗੱਲ, ਓਰੀਜਨਲੀ ਇਟਾਲੀਅਨ 'ਚ ਲਿਖਿਆ ਗਿਆ ਸੀ. ਤੀਸਰੀ ਇੰਪੋਰਟੈਂਟ ਚੀਜ਼ ਕਿ ਇਹਨੂੰ ਟ੍ਰਾਂਸਲੇਟ ਕੀਤਾ ਗਿਆ ਬਹੁਤ ਸਾਰੀਆਂ ਲੈਂਗੁਏਜਸ ਦੇ ਵਿੱਚ, ਜਿਨ੍ਹਾਂ ਵਿੱਚੋਂ ਕਿ ਇੰਗਲਿਸ਼ ਵੀ ਇੱਕ ਸੀ. ਚੌਥੀ ਇੰਪੋਰਟੈਂਟ ਗੱਲ ਜੋ ਆਪਾਂ ਯਾਦ ਰੱਖਣੀ ਹੈ ਬੇਟਾ, ਉਹ ਇਹ ਯਾਦ ਰੱਖਣੀ ਹੈ ਕਿ ਇਹ ਇੱਕ ਇਮੈਜਿਨਰੀ ਟੀਚਰ ਨੂੰ ਡੈਡੀਕੇਟ ਕੀਤਾ, ਜੋ ਵੀ ਉਹ ਸਟੂਡੈਂਟਸ ਨੇ ਮਿਲ ਕੇ ਉਹ ਇੱਕ ਟੈਕਸਟ ਬੁੱਕ ਦੇ ਫੋਰਮ ਦੇ ਵਿੱਚ ਪਬਲਿਸ਼ ਕੀਤਾ ਨਾ. ਉਹ ਅਲੱਗ ਅਲੱਗ ਚੈਪਟਰਸ ਬੱਚਿਆਂ ਨੇ ਜੋ ਲਿਖੇ, ਉਹ ਲੈਟਰਸ ਜੋ ਲਿਖੇ, ਉਹਨਾਂ ਨੂੰ ਕੰਪਾਈਲ ਕਰਕੇ ਫਿਰ ਇੱਕ ਬੁੱਕ ਪਬਲਿਸ਼ ਕਰਵਾਈ ਸੀ. ਹੁਣ ਉਹ ਜਿਹੜੇ ਚੈਪਟਰ ਸੀ ਨਾ, ਉਹ ਬੱਚਿਆਂ ਦੇ ਪਰਸਨਲ ਐਕਸਪੀਰੀਅੰਸ ਦੇ ਉੱਤੇ ਹੀ ਬੇਸਡ ਸੀ. Now, if something is based on your personal experiences, then it is not mandatory that we should just use the same names, the exact incidents. We can definitely add a little bit of imagination so that ਜੋ ਜਿਹਦੇ ਬਾਰੇ ਆਪਾਂ ਲਿਖ ਰਹੇ ਹਾਂ ਜਾਂ ਜਿਹਦੇ ਲਈ ਗੱਲ ਕੀਤੀ ਜਾ ਰਹੀ ਹੈ, ਉਹ ਬੰਦਾ ਓਫੈਂਸਿਵ ਫੀਲ ਨਾ ਕਰੇ. ਕਿਉਂਕਿ ਕੁਛ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜੋ ਫੈਕਚੁਅਲ ਇਨਫੋਰਮੇਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਕਿ ਕੋਈ ਬੰਦਾ ਹਰਟ ਵੀ ਹੋ ਸਕਦਾ, ਰਾਈਟ. ਹੁਣ ਆਪਾਂ ਚੈਪਟਰ ਸਟਾਰਟ ਕਰਦੇ ਹਾਂ ਔਰ ਚੈਪਟਰ ਦੇ ਵਿੱਚ ਇਹ ਧਿਆਨ ਰੱਖਣੀ ਹੈ ਜੋ ਆਪਣੀ ਪੰਜਵੀਂ ਗੱਲ ਹੈ, ਇਸ ਚੀਜ਼ ਨੂੰ ਬਹੁਤ ਧਿਆਨ ਦੇ ਵਿੱਚ ਰੱਖਣਾ ਆਪਾਂ ਕਿ ਹਰ ਕੋਈ ਟੀਚਰ ਜੋ ਹੁੰਦਾ ਉਹ ਇੱਕ ਘੁਮਾਰ ਦੀ ਤਰ੍ਹਾਂ ਹੁੰਦਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਇੱਕ ਬਰਤਨ ਦੀ ਤਰ੍ਹਾਂ, ਮਿੱਟੀ ਦੇ ਭਾਂਡੇ ਦੀ ਤਰ੍ਹਾਂ ਕੁਛ ਬਣਾ ਸਕਦਾ ਜਾਂ ਫਿਰ ਉਹਨੂੰ ਵਿਗਾੜ ਸਕਦਾ. ਇੱਥੇ ਕਿਉਂਕਿ ਸਕੂਲ ਟੀਚਰ ਦੀ ਗੱਲ ਹੋ ਰਹੀ ਹੈ, ਸਕੂਲ ਦਾ ਟੀਚਰ ਜੋ ਹੁੰਦਾ ਉਹ ਸਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦਾ. ਕਿਉਂਕਿ ਅਗਰ ਸਕੂਲ ਦਾ ਟੀਚਰ ਸਾਨੂੰ ਬੈਸਟ ਮਿਲਦਾ ਜਾਂ ਫਿਰ ਬਹੁਤ ਅੱਛਾ ਮਿਲਦਾ, ਤਾਂ ਆਪਾਂ ਬਹੁਤ ਬੈਟਰ ਇਨਸਾਨ ਬਣ ਕੇ ਉਸ ਸਕੂਲ ਦੇ ਵਿੱਚੋਂ ਨਿਕਲਦੇ ਹਾਂ. ਬਟ ਅਗਰ ਉਹੀ ਟੀਚਰ ਸਾਨੂੰ ਡੀਮੋਟੀਵੇਟ ਕਰਦਾ ਰਹੇ ਬਾਰ ਬਾਰ, ਨਲੈਕ, ਗਧਾ, ਜਾਂ ਤੁਹਾਨੂੰ ਕੁਛ ਆਉਣਾ ਨਹੀਂ, ਤੁਸੀਂ ਕੁਛ ਬਣ ਨਹੀਂ ਸਕਦੇ, ਇਹੋ ਜਿਹੇ ਡਾਇਲੋਗਸ ਬੋਲਦਾ ਰਹੇ ਕਲਾਸ ਦੇ ਵਿੱਚ ਜਾਂ ਬੋਲਦੇ ਰਹਿਣ ਜੋ ਵੀ ਟੀਚਰਸ ਤੁਹਾਨੂੰ ਪੜ੍ਹਾ ਰਹੇ ਹੈ, ਸਟੂਡੈਂਟਸ ਨੂੰ ਟੀਚ ਕਰ ਰਹੇ ਹੈ, ਤਾਂ ਡੈਫੀਨੇਟਲੀ ਸਟੂਡੈਂਟਸ ਦਾ ਜੋ ਮੋਰਾਲ ਹੈ ਉਹ ਡਾਊਨ ਹੋ ਜਾਏਗਾ ਔਰ ਉਹ ਜੋ ਵੀ ਉਹਨਾਂ ਦੇ ਅੰਦਰ ਟੈਲੈਂਟ ਹੈ, ਜੋ ਪੋਟੈਂਸ਼ੀਅਲ ਹੈ, ਉਹ ਉੱਭਰ ਕੇ ਸਾਹਮਣੇ ਨਹੀਂ ਆਏਗਾ, ਉਹ ਬਣਨ ਤੋਂ ਪਹਿਲਾਂ ਹੀ ਖਤਮ ਹੋ ਜਾਏਗਾ. ਔਰ ਲਾਸਟ ਬਟ ਨੋਟ ਦ ਲੀਸਟ, ਜੋ ਬਹੁਤ ਇੰਪੋਰਟੈਂਟ ਗੱਲ ਆਪਾਂ ਯਾਦ ਰੱਖਣੀ ਹੈ, ਉਹ ਇਹ ਕਿ ਐਜੂਕੇਸ਼ਨ ਸਿਸਟਮ ਦੇ ਉੱਪਰ ਵੀ ਇੱਕ ਸਟਾਇਰ ਹੈ, ਇੱਕ ਸੋਸ਼ਲ ਸਟਾਇਰ ਹੈ ਇਹ, ਕਿ ਕਿਵੇਂ ਔਨ ਦ ਬੇਸਿਸ ਆਫ ਦ ਇਕਨੋਮਿਕ ਬੈਕਗਰਾਊਂਡ ਬੱਚਿਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ, ਕਿ ਟੀਚਰ ਕਿਵੇਂ ਬਾਇਸ ਹੋ ਜਾਂਦਾ ਔਰ ਕਿਸ ਤਰੀਕੇ ਨਾਲ ਬੱਚਿਆਂ ਨੂੰ ਮਾਰਕਸ ਦਿੰਦਾ. ਸੋ ਲੈਟਸ ਬਿਗਿਨ ਵਿਦ ਦ ਲੈਟਰ. ਡੀਅਰ ਮਿਸ, ਯੂ ਵੋਂਟ ਰਿਮੈਂਬਰ ਮੀ ਔਰ ਮਾਈ ਨੇਮ, ਯੂ ਹੈਵ ਫੇਲਡ ਸੋ ਮੈਨੀ ਆਫ ਅਸ. ਦੇਖੋ ਕਿੰਨੀ ਸਿੰਪਲ ਲਾਈਨ ਨਾਲ ਹੀ ਸਟਾਰਟ ਕੀਤਾ, ਕਿਉਂਕਿ ਬੱਚੇ ਲਿਖ ਰਹੇ ਆ, ਉਹ ਕਹਿੰਦਾ ਕਿ ਯੂ ਵੋਂਟ ਰਿਮੈਂਬਰ ਮੀ ਔਰ ਮਾਈ ਨੇਮ, ਤੁਹਾਨੂੰ ਮੇਰਾ ਨਾ ਨਾਮ ਯਾਦ ਹੋਊਗਾ ਨਾ ਹੀ ਮੈਂ ਯਾਦ ਹੋਊਂਗਾ. ਯੂ ਹੈਵ ਫੇਲਡ ਸੋ ਮੈਨੀ ਆਫ ਅਸ, ਕਿਉਂਕਿ ਟੀਚਰ ਉਹਦਾ ਬਹੁਤ ਸਾਲ ਹੋ ਗਏ ਜਦੋਂ ਉਹਨਾਂ ਬੱਚਿਆਂ ਦੀ ਵਾਰੀ, ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਬੱਚੇ ਆ ਕੇ ਜਾ ਚੁੱਕੇ ਆ, ਅਤੇ ਉਹ ਸਾਰੇ ਬੱਚਿਆਂ ਨੂੰ ਕਹਿੰਦਾ ਤੁਸੀਂ ਬਹੁਤ ਸਾਰੇ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਤੁਸੀਂ ਫੇਲ ਕਰ ਚੁੱਕੇ ਹੋ. ਔਨ ਦ ਅਦਰ ਹੈਂਡ, ਆਈ ਹੈਵ ਆਫਟਨ ਹੈਡ ਥੋਟਸ ਅਬਾਊਟ ਯੂ ਐਂਡ ਦੀ ਅਦਰ ਟੀਚਰਸ ਐਂਡ ਅਬਾਊਟ ਦੈਟ ਇੰਸਟੀਟਿਊਸ਼ਨ ਵਿਚ ਯੂ ਕਾਲ ਸਕੂਲ ਐਂਡ ਅਬਾਊਟ ਦ ਬੋਇਜ਼ ਦੈਟ ਯੂ ਫੇਲ. ਹੁਣ ਕਹਿੰਦਾ ਦੂਸਰੇ ਪਾਸੇ ਮੇਰਾ ਧਿਆਨ ਉੱਥੇ ਵੀ ਜਾਂਦਾ ਹੈ, ਮੇਰਾ ਜੋ ਮਾਈਂਡ ਹੈ, ਜੋ ਮੇਰੇ ਥਿੰਕਿੰਗ ਹੈ, ਉਹ ਉੱਥੇ ਵੀ ਜਾਂਦੀ ਹੈ ਕਿ ਬਾਕੀ ਦੇ ਟੀਚਰਸ ਕਿੱਦਾਂ ਦੇ ਸੀ ਔਰ ਜਿਹਨੂੰ ਤੁਸੀਂ ਇੱਕ ਇੰਸਟੀਟਿਊਸ਼ਨ ਹੈ ਜਿਹਨੂੰ ਤੁਸੀਂ ਸਕੂਲ ਕਹਿੰਦੇ ਹੋ. ਇੱਥੇ ਬੇਟਾ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ, ਜਦੋਂ ਇਹ ਬੱਚਾ ਆਪਾਂ ਨੂੰ ਟੀਚਰ ਨੂੰ ਕੀ ਕਹਿ ਰਿਹਾ. ਦੇਖੋ ਵਿਚ ਯੂ ਕਾਲ ਸਕੂਲ, ਇਹਨੇ ਅੰਡਰਲਾਈਨ, ਇਹਨੇ ਡਬਲ ਇਨਵਰਟਡ ਕੋਮਾਸ ਦੇ ਵਿੱਚ ਲਿਖਿਆ. ਹੁਣ ਇਹ ਕਿਉਂ ਲਿਖਿਆ ਉਹਨੇ? ਉਹ ਕਹਿੰਦਾ ਕਿ ਇਹੋ ਜਿਹਾ ਇੰਸਟੀਟਿਊਸ਼ਨ ਜਿਹਨੂੰ ਤੁਸੀਂ ਸਕੂਲ ਕਹਿੰਦੇ ਹੋ,
मगर तुसी उस इंस्टीट्यूशन दे विच की स्कूल वर्गा सारा सिस्टम रहन दिता सी। यह पैरा अगर आपू एक्सप्लेनेशन आंदा है पेपर दे विच ते आपा इस पैरा दे लिए एक्सप्लेनेशन दे विच इस जरूर लिखांगे कि देर इज़ अ बिग क्वेश्चन मार्क ऑन द एजुकेशन सिस्टम ऑन द इंस्टीट्यूशंस विच वी कॉल स्कूल बिकॉज अकॉर्डिंग टू दीज स्टूडेंट्स द टीचर्स दे हैव फॉरगॉटन देयर ड्यूटीज एंड दे डोंट रियलाइज के स्कूल का मतलब की होंगे। ये चीज़ ध्यान रखनी है। यू फेल अस राइट आउट इन टू द फील्ड एंड फैक्ट्रीज एंड दैन यू फॉरगैट अस। हर लाइन के देखो उस बच्चे ने अपना दुख लिखा हुआ है कि तू सिर्फ जो टीचर है कि तुसी सिर्फ सानू क्लास दे विच फेल नहीं किया हुआ, तुसी उस जगह पर सानू डीमोटिवेट या डीमोरलाइज नहीं किया, तुसी उस पॉइंट तो लैके और साडा करियर बनन तक तुसी सानू डीमोरलाइज करता, तुसी सानू डीमोटिवेट करता और फिर तुसी कहने हो तुहानू याद भी नहीं है कि तुसी एबले स्टूडेंट्स मेरे कोलों पढ़े हुए ने एंड यू फॉरगेट अस। While giving a test, you used to walk up and down between the rows of desks and see me in trouble and making mistakes, but you never said a word. ਕਹਿੰਦਾ ਕਿ ਤੁਸੀਂ ਦੇਖਿਆ ਸੀ ਟੈਸਟ ਜਦੋਂ ਦਿੰਦੇ ਸੀ ਤੁਸੀਂ ਪੂਰੇ ਕਲਾਸਰੂਮ ਦੇ ਵਿੱਚ ਘੁੰਮਦੇ ਸੀ, ਦੇਖਦੇ ਸੀ ਕਿ ਕਿਹੜਾ ਬੱਚਾ ਕਿੱਦਾਂ ਟੈਸਟ ਅਟੈਂਪਟ ਕਰ ਰਿਹਾ, ਕੀ ਗਲਤੀਆਂ ਨੇ, ਔਰ ਜਦੋਂ ਤੁਸੀਂ ਸਾਨੂੰ ਮੈਨੂੰ ਟ੍ਰਬਲ ਦੇ ਵਿੱਚ ਦੇਖਦੇ ਸੀ, ਮਿਸਟੇਕਸ ਕਰਦੇ ਹੋਏ ਦੇਖਦੇ ਸੀ, ਤੁਸੀਂ ਕਦੇ ਵੀ ਉਸ ਮਿਸਟੇਕ ਨੂੰ ਉਸੇ ਵੇਲੇ ਰੈਕਟੀਫਾਈ ਨਹੀਂ ਕੀਤਾ, ਤੁਸੀਂ ਕਦੇ ਵੀ ਮੈਨੂੰ ਸਮਝਾਇਆ ਨਹੀਂ। ਆਈ ਹੈਵ ਦ ਸੇਮ ਸਿਚੁਏਸ਼ਨ ਐਟ ਹੋਮ, ਨੋ ਵਨ ਟੂ ਟਰਨ ਟੂ ਫੋਰ ਹੈਲਪ ਫੋਰ ਮਾਈਲਸ ਅਰਾਊਂਡ, ਨੋ ਬੁੱਕਸ ਨੋ ਟੈਲੀਫੋਨ। ਕਹਿੰਦਾ ਜੋ ਸਿਚੁਏਸ਼ਨ ਇਸ ਟਾਈਮ ਤੁਸੀਂ ਸਕੂਲ 'ਚ ਮੈਨੂੰ ਦਿੱਤੀ ਉਹੀ ਸਿਚੁਏਸ਼ਨ ਤਾਂ ਮੇਰੇ ਘਰ 'ਚ ਸੀ, ਕੋਈ ਹੈਲਪ ਦੇਣ ਵਾਲਾ ਨਹੀਂ, ਕੋਈ ਮੇਰੀ ਹੈਲਪ ਕਰਨ ਵਾਲਾ ਨਹੀਂ ਹੈ, ਕੋਈ ਮੈਨੂੰ ਬੁੱਕਸ ਨਹੀਂ ਹੈਗੀਆਂ ਪ੍ਰੋਵਾਈਡ ਕੀਤੀਆਂ ਹੋਈਆਂ, ਨਾ ਹੀ ਮੇਰੇ ਕੋਲ ਟੈਲੀਫੋਨ ਹੈ। ਅਤੇ ਇਸ ਲਾਈਨ ਤੋਂ ਸਾਨੂੰ ਇਸ ਸੈਂਟੈਂਸ ਤੋਂ ਬੱਚੇ ਦਾ ਇਹ ਸੈਂਟੈਂਸ ਦਾ ਆਪਾਂ ਧਿਆਨ ਰੱਖਣਾ ਹੈ ਕਿ ਇਸ ਸੈਂਟੈਂਸ ਤੋਂ ਸਾਨੂੰ ਬੱਚੇ ਦਾ ਬੈਕਗਰਾਊਂਡ ਪਤਾ ਚੱਲਦਾ ਹੈ ਕਿ ਬੱਚੇ ਦੇ ਘਰ ਦੇ ਵਿੱਚ ਨਾ ਉਸ ਬੱਚੇ ਦੇ ਕੋਲ ਬੁੱਕਸ ਨੇ, ਨਾ ਹੀ ਉਹਦੇ ਕੋਲ ਟੈਲੀਫੋਨ ਦੀ ਫੈਸਿਲਿਟੀ ਹੈ, ਔਰ ਉਹਦਾ ਘਰ ਮਾਈਲਸ ਅਵੇ ਹੈ, ਕਾਫੀ ਦੂਰ ਹੈ ਉਹਦਾ ਘਰ, ਔਰ ਇੰਨੀ ਦੂਰੋਂ ਉਹ ਉੱਥੇ ਸਕੂਲ ਪੜ੍ਹਨ ਆਉਂਦਾ, ਕੁਛ ਸਿੱਖਣ ਆਉਂਦਾ, ਬਟ ਟੀਚਰ ਕੀ ਕਰ ਰਿਹਾ ਕਿ ਤੁਸੀਂ ਟੈਸਟ ਦੇ ਕੇ ਇੱਧਰ ਉੱਧਰ ਘੁੰਮਦੇ ਹੋ ਔਰ ਜੋ ਮੇਰੀਆਂ ਮਿਸਟੇਕਸ ਹੁੰਦੀਆਂ ਤੁਸੀਂ ਉਹਨਾਂ ਨੂੰ ਪਿੰਨ ਪੁਆਇੰਟ ਨਹੀਂ ਕਰਦੇ ਔਰ ਤੁਸੀਂ ਉਹਨਾਂ ਨੂੰ ਰੈਕਟੀਫਾਈ ਨਹੀਂ ਕਰਦੇ। ਨਾਓ ਹੀਅਰ ਆਈ ਐਮ ਇਨ ਸਕੂਲ ਅਗੈਨ, ਧਿਆਨ ਨਾਲ ਦੇਖੋ ਇੱਥੇ ਫੇਰ ਵਿਚਾਰਾ ਬੱਚਾ ਉਹ ਸਟੂਡੈਂਟ ਜੋ ਹੈ ਉਹ ਕਹਿ ਰਿਹਾ ਨਾਓ ਹੀਅਰ ਆਈ ਐਮ ਇਨ ਸਕੂਲ, ਇੱਥੇ ਮੈਂ ਸਕੂਲ ਦੇ ਵਿੱਚ ਹਾਂ। ਆਈ ਕੇਮ ਫਰੋਮ ਫਾਰ ਅਵੇ ਟੂ ਬੀ ਟੋਟ ਹੀਅਰ, I don't have to deal with my mother who promised to be quiet and then interrupted me 100 times. My sister's little boy is not here to ask me for help with his homework. Here I have silence and good light and a desk all to myself. So bachcha kehnda hai ki eh para agar apan nu aunda exam de vich te apan likh sakde ha ki school is a place where the student is provided with all kind of facilities and the facilitator is the teacher. Teacher ne dasna hai ki jo jo cheezan thonu available karaiyan hoyian ne, tode kol tada personal desk hai, books ne, inni sari information available hai, knowledge available hai, books de form de vich hai, teacher kolo sikhan nu bahut kuch hai, oh sara kuch school de vichon teacher ne sikhona hai. ਅਤੇ ਉਹ ਕਹਿੰਦਾ ਇਸ ਪੈਰਾ ਦੇ ਵਿੱਚ ਵੀ ਇਹ ਇਹੀ ਮੈਨਸ਼ਨ ਕਰ ਰਿਹਾ ਕਿ ਉਹ ਇੰਨੀ ਦੂਰੋਂ ਸਕੂਲ 'ਚ ਪੜ੍ਹਨ ਆਉਂਦਾ ਔਰ ਸਕੂਲ ਦੇ ਵਿੱਚ ਉਹਨੂੰ ਡੈਫੀਨੇਟਲੀ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਨਹੀਂ ਹੋਏਗੀ ਕਿਉਂਕਿ ਘਰ ਦੇ ਵਿੱਚ ਤਾਂ ਉਹਦੀ ਮਦਰ ਹੈ ਜੋ ਕਹਿ ਦਿੰਦੀ ਹੈ ਕਿ ਵੀ ਮੈਂ ਤੈਨੂੰ ਡਿਸਟਰਬ ਨਹੀਂ ਕਰੂੰਗੀ, ਬਟ ਟਾਈਮ ਐਂਡ ਅਗੇਨ ਸ਼ੀ ਵੁੱਡ ਕਮ ਟੂ ਹਿਮ ਐਂਡ ਸ਼ੀ ਵੁੱਡ ਕੀਪ ਔਨ ਆਸਕਿੰਗ, ਜਿਵੇਂ ਆਪਣੇ ਮਦਰਸ ਵੀ ਪੁੱਛਦੇ ਰਹਿੰਦੇ ਆ, ਇੱਕ ਪਾਸਿਓਂ ਕਹਿ ਦਿੰਦੇ ਆ ਕਿ ਨਹੀਂ ਨਹੀਂ ਤੂੰ ਪੜ੍ਹ ਪੜ੍ਹ ਪੜ੍ਹ, ਹੁਣ ਤੇਰੇ ਪੜ੍ਹਨ ਦਾ ਟਾਈਮ ਹੈ ਨਾ, ਪੇਪਰ ਆ ਗਏ ਤੇਰੇ, ਥੋੜ੍ਹੀ ਦੇਰ ਬਾਅਦ ਨੂੰ ਆ ਜਾਂਦੇ ਆ ਪੁੱਤ ਰੋਟੀ ਖਾ ਲੈ, ਫਿਰ ਥੋੜ੍ਹੀ ਦੇਰ ਬਾਅਦ ਨੂੰ ਆਵਾਜ਼ ਮਾਰ ਦੇਣੀ ਹੈ, ਆ ਦੇਖੀ ਸਬਜ਼ੀ ਲੈ ਕੇ ਆਈ, ਫਿਰ ਥੋੜ੍ਹੀ ਦੇਰ ਬਾਅਦ ਨੂੰ ਆਵਾਜ਼ ਮਾਰ ਦੇਣੀ, ਦੇਰ ਆਰ ਸੋ ਮੈਨੀ ਥਿੰਗਸ ਦੇ ਵਿਲ ਕੀਪ ਔਨ ਇੰਟਰਪਟਿੰਗ।
और वो कहिंदा कि उहदा भांजा भी है उत्थे, वह भी होमवर्क दे लई हैल्प मंग लैंदा। हुण अपने अगर जॉइंट फैमिली होवे तां इत्थे आपां एग्जाम्पल लै सकदे हां कि जो अपने चाचियां दे ताया दे जो बच्चे हुंदे ने वह अपने कोल आ के एग्जाम होमवर्क दे लई हैल्प मंग लैंदे आ। बट स्कूल च बच्चा क्यों आउंदा है? क्योंकि सारी कंप्लीटली साइलेंट एनवायरमेंट हुंदा, लाइट बहुत अच्छी हुंदी है और एक डेस्क हुंदा जिन्हों स्टूडेंट अपना कहिंदा है। और अपने डेस्क का मतलब है कि उहदी एज अ स्टूडेंट आइडेंटिटी उदों ही बनेगी जदों टीचर उनू अपना स्टूडेंट समझेगा विदाउट हैविंग एनी काइंड ऑफ बायस इन द माइंड। And ever there, a few steps away, you stand. You know all of these things. You are paid to help me. Instead, you waste your time keeping me under guard as if I were a thief. Now he says that you always are there. You stand means ke tusi chahe kuch kadma ni duri te khade hunde ho, but tusi utthon khad ke vi sab kuch observe karde ho, tonu pata hunda hai ki main kis tarah di background nu belong karda, mainu ki help di zarurat hai, but tusi eh cheez bhul jande ho ke tonu tankha kis cheez di mildi hai. You are paid to help me because टीचर उदों तक ही है जदों तक उहदे कोल स्टूडेंट्स ने। जिस दिन स्टूडेंट्स खत्म हो गए उस दिन टीचर्स खत्म हो जाएंगे, जिस दिन टीचर्स खत्म हो जाएंगे उस दिन इंस्टीट्यूशन ही खत्म हो जाएगा, हर चीज़ कोलैप्स कर जाएगी। सो इट इज़ वेरी इंपॉर्टेंट टू कीप अ बैलेंस। तो वो कहिंदा है कि बजाय इस दे कि तुसी मेरी हेल्प करो, तुसी मैनू हमेशा एक चोर दी नज़र नाल देखिया, तुहानू हमेशा यही लगता सी कि ये बच्चे जो रूरल बैकग्राउंड तो ने, जो हम्बल बैकग्राउंड तो है, उन्हां बच्चियां दे विच कोई ना कोई इस तरह दे इंस्टिंक्ट्स हुंदे है कि वह हमेशा उन्हां दे वल ध्यान रखना पैंदा कि वह किसी तो चोरी ना कर लैन। यू नो ईवन लैस अबाउट मैन दैन वी डू। The lift serves as a good machine for ignoring the people in your building. The car for ignoring people who travel in buses. The telephone for avoiding seeing people's faces or entering their homes. Eh spera de vich simple unhanne keh ke human being nu tusi odon tak nahi jaan sakde jadon tak tusi unhan naal personal interaction nahi karde. Agar koi banda मशीन्स दे नाल ही घिरिया होया, अगर कोई बंदा बहुत रिच है और वो इस तरह दीयां चीज़ां गैजेट्स टेक्नोलॉजी यूज़ कर रहा है जिदे नाल कि ह्यूमन इंटरैक्शन उहदा घटदा जा रहा डे बाई डे, तो वो बच्चे कह स्टूडेंट कहिंदा है कि वो लैस ह्यूमन हुंदा जा रहा, क्योंकि उन्हूं पता ही नहीं है कि दूसरे बंदे की दुख तकलीफ की हो सकती है। आई डोंट नो अबाउट यू but your students who know Cicero, how many families of living men do they know intimately? How many of their kitchens have they visited? How many of their sick have they sat with through the night? How many of their dead have they borne on their shoulders? How many can they trust when they are in distress? Now dekho bacche de mind de vich inne sare questions ne टीचर नूं पुछण दे लई कि तुसी डिस्क्रिमिनेशन तां कर लिया, तुहानूं लगदा है कि जिस बच्चे नूं सिसरो दे बारे पता है उन्नू दुनिया दी हर चीज़ पता है। हुण सिसरो इत्थे इन्हां ने वर्ड क्यों लिया स्टूडेंट ने, क्योंकि सिसरो एक अजिहा बंदा होया कि जिन्हों नॉलेज बहुत ज़्यादा सी हर चीज़ की, इसलिए वह कहिंदा कि जिहड़े स्टूडेंट्स नूं सिसरो दे बारे पता है, की तुसी कदी ये जानण दी कोशिश कीती कि उन्होंने जींदे जागदे इंसानां नाल किन्ना कि इंटरैक्शन रखिया? की तुहानूं इह पता है कि उह किसे दे घर च गए है? किचन विजिट करन दा इत्थे मतलब की होया कि की उहनां नूं पता है कि किसे दे घर दे विच, किचन विजिट करन दा मतलब होया कि तुहानूं पता है कि किसे घर दे विच खाणा बन रहा है नहीं बन रहा, वैदर दे गैट द फूड और नॉट, वट काइंड ऑफ फाइनैशियल कंडीशन दे आर गोइंग थ्रू। सेकिन वो क्वेश्चन जो है कि किन्ने बीमार लोग है जिन्हों के नाल वो रात रात बैठ के उन्होंने उन्होंने सेवा की हो, या फिर किन्ने यहोजे डेड पीपल है या फिर यहोजे लोग है जिन्हों की डैथ तो बाद उन्होंने मोढ़ा दिता हो किसी नू, या फिर लास्टली वो की कहिंदा
ਕਿੰਨੇ ਹਜੇ ਲੋਕ ਉਹ ਗਿਣਵਾ ਸਕਦੇ ਹੈ ਜਿਹੜੇ ਇਹਨਾਂ ਦੀ ਹੈਲਪ ਲਈ ਆਉਣ, ਜਿਹੜੇ ਸੋ ਕਾਲਡ ਉਹ ਕਹਿੰਦਾ ਕਿ ਨੌਲੇਜੀਏਬਲ ਜਾਂ ਇੰਟੈਲੀਜੈਂਟ ਸਟੂਡੈਂਟ ਤੁਸੀਂ ਮੰਨਦੇ ਹੋ, ਜਿਨ੍ਹਾਂ ਨੂੰ ਉਹ ਬੱਚੇ ਜਦੋਂ ਡਿਸਟਰੈਸ 'ਚ ਹੋਣ, ਜਦੋਂ ਉਹ ਪਰੇਸ਼ਾਨ ਹੋਣ, ਅਪਸੈਟ ਹੋਣ, ਉਦੋਂ ਕਿੰਨੇ ਸਟੂਡੈਂਟਸ ਨੇ ਜਾਂ ਕਿੰਨੇ ਉਹਨਾਂ ਦੇ ਫਰੈਂਡਸ ਨੇ ਜਿਨ੍ਹਾਂ ਦੇ ਉੱਤੇ ਉਹ ਟਰੱਸਟ ਕਰ ਸਕਦੇ ਹੈ ਵੀ ਉਹ ਉਹਨਾਂ ਦੀ ਹੈਲਪ ਕਰਨਗੇ. ਸੋ ਮੈਨੀ ਕੁਐਸਚਨਸ ਦ ਸਟੂਡੈਂਟ ਹੈਜ਼ ਆਸਕਡ ਐਂਡ ਵੀ ਮਸਟ ਨੋ. ਬੇਟਾ, ਦਿਸ ਇਜ਼ ਫੋਰ ਯੂ ਓਨਲੀ, ਦਿਸ ਇਜ਼ ਫੋਰ ਦ ਰੀਡਰਸ, ਫੋਰ ਅਸ ਆਲ, ਨੋਟ ਫੋਰ ਯੂ ਓਨਲੀ ਬਟ ਫੋਰ ਆਲ ਆਫ ਅਸ, ਕਿ ਅਸੀਂ ਆਹ ਇੰਟਰੋਸਪੈਕਟ ਕਰੀਏ. ਇਹ ਸਾਰੇ ਕੁਐਸਚਨ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਅਸੀਂ ਕੁਝ ਇੱਦਾਂ ਦੇ ਇਨਸਾਨ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਉੱਧਰ ਸਾਡਾ ਕਦਮ ਜਾ ਰਿਹਾ, ਕਿ ਸਾਨੂੰ ਪਤਾ ਹੋਵੇ ਕਿ ਸਾਡੇ ਨਾਲ ਵਾਲੇ ਬੰਦੇ ਨੂੰ ਕੀ ਤਕਲੀਫ ਹੈ. ਆਪਣੇ ਘਰਾਂ ਦੇ ਵਿੱਚ ਹੀ ਅੱਜ ਕੱਲ੍ਹ ਪਤਾ ਨਹੀਂ ਹੁੰਦਾ, ਮਦਰ ਬਿਮਾਰ ਹੁੰਦੇ ਆ ਅਤੇ ਪਤਾ ਹੀ ਨਹੀਂ ਚੱਲਦਾ ਵੀ ਕਿੰਨੀ ਦੇਰ ਹੋ ਗਈ ਉਹਨਾਂ ਨੂੰ ਬਿਮਾਰ ਹੋਏ, ਕਿੰਨਾ ਟਾਈਮ ਹੋ ਗਿਆ. ਵੀ ਹਾਰਡਲੀ ਗੈਟ ਟੂ ਨੋ. ਸੋ ਦਿਸ ਇਜ਼ ਦੀ ਪ੍ਰਾਈਮ ਟਾਈਮ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ. A thousand motors roar under your windows every day. You have no idea to whom they belong or where they are going. But I can read the sounds of my valley for miles around. The sound of the motor in the distance in Nepio, going to the station a little late. If you like, I can tell you everything about hundreds of people, dozens of families and their relatives and personal ties. Now again, very interesting thing, ke todi window de kolon bahut sariyan gaddiyan nikaldiyan ne, ke tanu koi bhi idea nahi hai ke oh kinu belong karde hai, kithon aaye hai, kithe jana hai. Ida matlab vi ohi hoya ke sade across the street hi kon reh reha sanu pata hi nahi hai. ਕਹਿੰਦਾ ਕਿ ਜੋ ਤੁਹਾਡੀ ਅਕਰੋਸ ਦੀ ਸਟਰੀਟ ਰਹਿ ਰਿਹਾ ਤੁਹਾਨੂੰ ਪਤਾ ਨਹੀਂ ਹੈ. ਬਟ ਕਹਿੰਦਾ ਮੇਰੀ ਵੈਲੀ ਬਾਰੇ ਪੁੱਛੋ, ਕਿ ਮੈਨੂੰ ਜਦੋਂ ਮੇਰੀ ਵੈਲੀ ਆਉਣ ਵਾਲੀ ਹੁੰਦੀ ਹੈ, ਮੈਂ ਮਾਈਲਸ ਅਰਾਊਂਡ ਹੁੰਦਾ ਅਤੇ ਜਿੰਨੀ ਮਰਜ਼ੀ ਦੂਰ ਹੋਵਾਂ ਮੈਨੂੰ ਆਪਣੀ ਵੈਲੀ ਦਾ ਪਤਾ ਲੱਗ ਜਾਂਦਾ ਕਿ ਮੇਰਾ ਘਰ ਆਉਣ ਵਾਲਾ. ਮੋਟਰ, ਜੋ ਵਹੀਕਲ ਉਹਦੇ ਕੋਲੋਂ ਲੰਘ ਰਹੇ ਹੈ, ਮਤਲਬ ਉਹਨੇ ਇੰਨਾ ਮਾਈਨਿਊਟਲੀ, ਕੋਈ ਵੀ ਇਨਸਾਨ ਜੋ ਹੁੰਦਾ ਉਹ ਹਰੇਕ ਇਨਸਾਨ ਦੇ ਕੋਲ ਆਪਣਾ ਇੱਕ ਇੰਡੀਵਿਜੁਅਲ ਆਈਡੈਂਟੀ ਹੁੰਦੀ ਹੈ, ਉਹਦੀ ਆਪਣੀ ਇੱਕ ਯੂਨੀਕ ਪਰਸਨੈਲਿਟੀ ਹੁੰਦੀ ਹੈ. ਹਰ ਕੋਈ ਇਕੁਅਲ ਨਹੀਂ ਹੁੰਦਾ, ਇਹ ਆਪਾਂ ਨੂੰ ਪਤਾ ਹੈ. ਇੱਥੇ ਉਹ ਕਹਿ ਰਿਹਾ ਕਿ ਜੋ ਬੰਦਾ ਮੇਰੇ ਕੋਲੋਂ ਲੰਘ ਰਿਹਾ ਜਾਂ ਜੋ ਵਹੀਕਲ ਮੇਰੇ ਕੋਲ ਲੰਘ ਰਿਹਾ, ਮੈਨੂੰ ਇੰਨਾ ਵੀ ਪਤਾ ਹੈ ਕਿ ਉਹ ਸਟੇਸ਼ਨ ਜਾ ਰਿਹਾ ਔਰ ਸਟੇਸ਼ਨ ਤੋਂ ਕਿੰਨੀ ਕੁ ਦੂਰ ਹੈ. ਇਫ ਯੂ ਲਾਈਕ ਆਈ ਕੈਨ ਟੈਲ ਯੂ ਐਵਰੀਥਿੰਗ ਅਬਾਊਟ ਹੰਡਰਡਸ ਆਫ ਪੀਪਲ. ਮਤਲਬ ਉਹ ਕਹਿੰਦਾ ਕਿ ਅਸੀਂ ਹਰ ਇਨਸਾਨ ਦੇ ਨਾਲ ਇੱਦਾਂ ਦਾ ਇੰਟਰੈਕਸ਼ਨ ਰੱਖਿਆ ਹੋਇਆ, ਇੰਨਾ ਉਹਨਾਂ ਦੇ ਨਾਲ ਕਮਿਊਨੀਕੇਟ ਕਰਦੇ ਹਾਂ, ਉਹਨਾਂ ਨੂੰ ਮਿਲਦੇ ਹਾਂ ਜਾ ਕੇ, ਕਿ ਸਾਨੂੰ ਉਹਨਾਂ ਦੀ ਫੈਮਿਲੀ ਦੀ ਪ੍ਰੋਬਲਮ, ਉਹਨਾਂ ਦੇ ਰਿਲੇਟਿਵਸ ਦੀ, ਉਹਨਾਂ ਦੇ ਪਰਸਨਲ ਟਾਈਜ਼ ਕੀ ਨੇ, ਹਰ ਚੀਜ਼ ਕਹਿੰਦਾ ਵੀ ਸਾਨੂੰ ਪਤਾ ਹੈ. ਵੈਨ ਐਵਰ ਯੂ ਸਪੀਕ ਟੂ ਅ ਵਰਕਰ ਯੂ ਮੈਨੇਜ ਟੂ ਗੈਟ ਇਟ ਆਲ ਰੋਂਗ, ਯੂਅਰ ਚੋਇਸ ਔਫ ਵਰਡਸ, ਯੂਅਰ ਟੋਨ, ਯੂਅਰ ਜੋਕਸ. I can tell what a mountaineer is thinking even when he keeps silent, and I know what's on his mind even when he talks about something else. Ethe hun oh ki kehnda hai ke jadon tusi apne kise worker naal, apne kise subordinate naal gal karni hundi hai, te tanu bahut aukha hunda hai apna words choose karna, tone nu manage karde ho tusi, tode jokes to hunde hai oh vi tusi ਆਰਟੀਫਿਸ਼ਲ ਹੁੰਦੇ ਆ, ਤੁਹਾਨੂੰ ਮੈਨੇਜ ਕਰਨੀ ਪੈਂਦੀ ਹੈ ਹਰ ਚੀਜ਼. ਤੁਸੀਂ ਨੋਰਮਲ ਨਹੀਂ ਹੁੰਦੇ, ਤੁਸੀਂ ਨੈਚੁਰਲ ਨਹੀਂ ਹੁੰਦੇ. ਐਵਰੀਥਿੰਗ ਇਜ਼ ਆਰਟੀਫਿਸ਼ਲ ਵੈਨ ਯੂ ਆਰ ਟੋਕਿੰਗ ਟੂ ਯੋਰ ਸਬੋਰਡੀਨੇਟ. ਬਟ ਕਹਿੰਦਾ ਮੈਨੂੰ ਅਗਰ ਦੇਖੋ ਤਾਂ ਮੈਂ ਕਿਸੇ ਮਾਊਂਟੇਨੀਅਰ ਦੇ ਮਾਇੰਡ ਨੂੰ ਵੀ ਪੜ੍ਹ ਸਕਦਾ, ਕਿ ਅਗਰ ਉਹ ਸ਼ਾਂਤ ਵੀ ਬੈਠਾ ਹੋਇਆ ਤਾਂ ਮੈਂ ਉਹਦੇ ਮਾਇੰਡ ਦੇ ਵਿੱਚ ਰੀਡ ਕਰਕੇ ਸੋ ਦੱਸ ਸਕਦਾ ਵੀ ਉਹ ਕਿਸ ਚੀਜ਼ ਦੇ ਬਾਰੇ ਗੱਲ ਕਰ ਰਿਹਾ. ਔਰ ਈਵਨ ਅਗਰ ਉਹ ਕੁਛ ਹੋਰ ਗੱਲ ਕਰ ਰਿਹਾ ਤਾਂ ਵੀ ਉਹਦਾ ਗੱਲ ਦਾ ਮਤਲਬ ਕੀ ਹੈ, ਉਹ ਐਕਚੁਅਲੀ ਕੀ ਕਹਿਣਾ ਚਾਹ ਰਿਹਾ ਉਹ ਵੀ ਦੱਸ ਸਕਦਾ ਹੈ. ਦਿਸ ਇਜ਼ ਦ ਸੋਰਟ ਆਫ ਕਲਚਰ ਯੋਰ ਪੋਇਟਸ ਸ਼ੁੱਡ ਹੈਵ ਗਿਵਨ ਯੂ. ਇਟ ਇਜ਼ ਦ ਕਲਚਰ ਆਫ 9/10 ਆਫ ਦ ਅਰਥ, ਬਟ ਨੋ ਵਨ ਹੈਜ਼ ਯੈਟ ਮੈਨੇਜਡ ਟੂ ਪੁੱਟ ਇਟ ਡਾਊਨ ਇਨ ਵਰਡਸ ਔਰ ਪਿਕਚਰਸ ਔਰ ਫਿਲਮਸ. ਨਾਓ ਵਟ ਸੋਰਟ ਆਫ ਕਲਚਰ ਹੀ ਇਜ਼ ਆਸਕਿੰਗ ਫੋਰ, ਦ ਸਟੂਡੈਂਟ ਇਜ਼ ਆਸਕਿੰਗ ਫੋਰ. ਪੋਇਟਸ ਜੋ ਹੁੰਦੇ ਆ ਨਾ, ਉਹ
सच बोलते हैं बट उन्हों इस तरीके बोलते हैं कि सामने वाला बंदा हर्ट ना हो। चीज़ उही जो टैलेंट है वह कहता है कि तुहानू भी यूज़ करना चाहिए कि तुसी अनबायस होके तुसी हेल्प करो। जरूरी नहीं है कि कोई बंदा किस रेस नू बिलोंग करता है, किस कास्ट नू या फिर किस इकोनॉमिक बैकग्राउंड तो है, वो बेसिस दे उत्ते तुसी बच्चे का ध्यान रखो। बट कोई भी कहता हजे तक मैं इस तरह का कल्चर नहीं देखा जिहड़ा कि सानू आके ये टीच करे कि किस तरीके नाल एक पोएट की तरह असी अनबायस होके अगे प्रोसीड कर सकते हैं। बी अ बिट हम्बल एट लीस्ट, योर कल्चर हैज़ गैप्स एज वाइड एज आवर्स। कहिंदा थोड़ा जिहा हम्बल हो जाओ, तुहानू थोड़ा निमाणे होना चाहिए। क्यों होना चाहिए कि तुहाडा कल्चर भी बिल्कुल उदा ही है जिवें साडा है, उहदे च भी उन्ने ही गैप्स ने जिन्ने साडे कल्चर्स ने, परहैप्स ईवन वाइडर, सर्टनली मोर डैमेजिंग टू अ टीचर इन द एलीमेंट्री स्कूल्स। ऑफकोर्स एलीमेंट्री स्कूल्स के विच मतलब जोड़े छोटे स्कूल्स होंगे, आप कहने ना भी पहला मैं प्राइमरी स्कूल से फिर एलीमेंट्री फिर हाई स्कूल फिर सैकेंडरी, हूँ आवले स्कूल जो आप होंगे तो ये एज होंगी है जो अपना कैरेक्टर बिल्ड होंगे अपनी परसनैलिटी पॉलिश होंगी है। तो इतने आप कह सकते हैं कि राइटर की कह रहे हैं, राइटर कौन है, स्टूडेंट्स। स्टूडेंट्स चाहते ने कि टीचर नू हम्बल होना चाहिए, उन्होंने ये याद रखना चाहिए कि एवरीबडी ईच एंड एवरी इंडिविजुअल इज़ ईक्ल इन फ्रंट ऑफ द आईज ऑफ द टीचर। अगर वो ये गैप भुल जाएगा, टीचर नू अगर ये चीज़ नहीं याद रहेगी, तो जो उन्हां दे आपस दे विच या जो बच्चे दे माइंड दे विच चीज़ां दबिया हुई ने, वो जो टैलेंट है वह दबिया ही रह जाएगा और उहदे माइंड दे विच एक फीयर बैठ जाएगा कि शायद मैं इस सोसाइटी दे विच विचरण दे लायक ही नहीं हाँ। एट द जिमनास्टिक्स एग्जाम द टीचर थ्रू अस अ बॉल एंड सैड प्ले बास्केटबॉल। हूँ आह एक सोशल सटायर की तरह आया है एग्जाम्पल जो उन्हें इंसीडेंट इतने साइट किया। स्टूडेंट कहता है कि जो जिमनास्टिक्स का एग्जाम होंगे उदो टीचर साढ़े वाल बॉल सुट दिता है और कह दिता है कि प्ले बास्केटबॉल। वी डिडंट नो हाउ द टीचर लुकड अस ओवर विद कंटेंप्ट माई पुअर चिल्ड्रन। कहता भी सानू पता ही नहीं बास्केटबॉल किवें खेडी दी है, तो टीचर का की रिएक्शन होंगे, वह साढ़े वाल देखता बड़े तरस नाल देखता और कह दिता माई पुअर चिल्ड्रन, तरस खाता है। हुण इत्थे वो स्टूडेंट्स की कहना चाह रहे हैं, स्टूडेंट वॉन्ट्स टू से कि मेरे ते तरस ना खाओ, मैनू सिखाओ कि बास्केटबॉल किदां दी हुंदी है, किवें खेडी दी है, क्योंकि जिस बैकग्राउंड नू वो बिलोंग करता है उत्थे बास्केटबॉल नाम की कोई चीज़ ही नहीं सी, दे यूज़ टू प्ले सम डिफरेंट सॉर्ट ऑफ गेम्स। अगे वो की कहिंदा, ही टू इज़ वन ऑफ यू, द एबिलिटी टू हैंडल अ कन्वेंशनल रिचुअल सीम्ड सो वाइटल टू हिम। He told the principal that we had not been given any physical education and we should take the exams again in the autumn. कहिंदा वो भी बिल्कुल ताडे वर्गा ही है, जो फिजिकल एजुकेशन वाला टीचर जो जिमनास्टिक्स एग्जाम लैन आया है वो भी ताडे वर्गा ही सी। तो उन्हें की किया, वो प्रिंसीपल को गया और उन्हें दसता प्रिंसीपल नू कि इन्हां बच्चों ने फिजिकल एजुकेशन का एग्जाम नहीं दे पाए, इसलिए यह ऑटम दे विच नैक्सट फिर दोबारा ये सेम एग्जाम की तैयारी करके फिर देंगे। बट उन्हें इतने ध्यान रखो कि उन्हें यह नहीं दसिया कि भी वह खुद तैयारी कराऊगा या नहीं कराऊगा, उन्हें कहा कि यह ऑटम दे विच देंगे, मतलब उन्हें फेल करता उन्होंने बच्चों। हूँ बच्चा फिर अगे अपने बारे की दसद, एनी वन ऑफ अस कुड क्लाइम एन ओक ट्री, वंस अप देयर वी कुड लैट गो विद अवर हैंड्स एंड चॉप ऑफ अ 200-pound ब्रांच विद अ हैचेट, then we could drag it through the snow to our mother's doorstep. kehna sade layi agar tusi puchho agar physical education da matlab hai ki stamina hona chahida hai, stamina build karan de layi sada stamina kehna hai sade de vich, but assi ohnu build kive kita hoya, kive assi keh sakde ha ki sade ch stamina hai, assi oak tree climb karde ha, utthe chadan to baad vich assi apne hath chhadde ha, 200 pound ਟਾਣੀਆਂ ਅਸੀਂ ਉੱਥੋਂ ਕੱਟਦੇ ਹਾਂ ਕੁਲਾੜੀ ਨਾਲ,
ਉਦੋਂ ਬਾਅਦ ਵਿੱਚ ਅਸੀਂ ਉਹਨੂੰ ਬੰਡਲ ਬਣਾ ਕੇ ਔਰ ਪੂਰਾ ਆਪਣੇ ਘਰ ਲੈ ਕੇ ਜਾਂਦੇ ਹਾਂ, ਉਹਨੂੰ ਸਨੋਅ ਦੇ ਵਿੱਚੋਂ ਡਰੈਗ ਕਰਦੇ ਹੋਏ ਲਿਜਾਂਦੇ ਹਾਂ। ਹੁਣ ਇਹ ਜੋ ਸਾਰੀ ਐਕਟੀਵਿਟੀ ਹੈ, ਇਹ ਸਾਰੀ ਐਕਟੀਵਿਟੀ ਸਿਰਫ ਉਹ ਬੱਚੇ ਕਰ ਸਕਦੇ ਆ ਜਿਨ੍ਹਾਂ ਦੇ ਵਿੱਚ ਫਿਜ਼ੀਕਲ ਸਟਰੈਂਥ ਵੀ ਹੈ ਔਰ ਇੰਟੈਲੀਜੈਂਸ ਵੀ ਹੈ, ਦੋਨੋਂ ਚੀਜ਼ਾਂ ਦੀ ਜ਼ਰੂਰਤ ਹੈ। ਕਿਵੇਂ ਕਿੱਦਾਂ ਚੜ੍ਹਨਾ ਹੈ ਉਹਦੇ ਉੱਤੇ, ਟ੍ਰੀ ਦੇ ਉੱਪਰ ਕਿਵੇਂ ਕਲਾਈਮ ਕਰਨਾ, ਕਿਸ ਬ੍ਰਾਂਚ 'ਤੇ ਬੈਠਣਾ ਹੈ, ਕਿਹੜੀਆਂ ਬ੍ਰਾਂਚਿਸ ਕੱਟਣ ਵਾਲੀਆਂ ਨੇ, ਆਹ ਸਾਰੀਆਂ ਚੀਜ਼ਾਂ ਦੇਖਣ ਦੇ ਲਈ, ਸਮਝਣ ਦੇ ਲਈ ਦਿਮਾਗ ਵੀ ਚਾਹੀਦਾ। ਅਤੇ ਉਹਨਾਂ ਨੂੰ ਸਨੋਅ ਦੇ ਵਿੱਚੋਂ ਡਰੈਗ ਕਰਕੇ ਆਪਣੇ ਘਰ ਤੱਕ ਆਪਣੀ ਮਦਰ ਲਈ ਪਹੁੰਚਾਉਣਾ, ਇਹ ਵੀ ਔਖਾ ਕੰਮ ਹੈ ਔਰ ਇਹਦੇ ਲਈ ਫਿਜ਼ੀਕਲ ਸਟਰੈਂਥ ਚਾਹੀਦੀ ਹੈ। ਹੁਣ ਅੱਗੇ ਉਹ ਕਹਿੰਦਾ, ਆਈ ਹਰਡ ਆਫ ਅ ਜੈਂਟਲਮੈਨ ਇਨ ਫਲੋਰੈਂਸ ਹੂ ਰਾਈਡਸ ਅਪਸਟੇਅਰਸ ਇਨ ਹਿਜ਼ ਹਾਊਸ ਇਨ ਅ ਲਿਫਟ। ਕਹਿੰਦਾ ਕਿ ਮੈਂ ਇੱਕ ਫਲੋਰੈਂਸ ਦੇ ਵਿੱਚ ਇੱਕ ਬੰਦੇ ਨੂੰ ਜਾਣਦਾ, ਉਹਦੇ ਬਾਰੇ ਸੁਣਿਆ ਮੈਂ ਕਿ ਉਹ ਨਾ ਆਪਣੇ ਘਰ ਦੇ ਵਿੱਚ ਲਿਫਟ ਤੋਂ ਜਾਂਦਾ ਉੱਪਰ, ਬਟ ਦੈਨ ਹੀ ਹੈਜ਼ ਬੋਟ ਹਿਮਸੈਲਫ ਐਨ ਐਕਸਪੈਂਸਿਵ ਗੈਜਟ ਐਂਡ ਪ੍ਰਟੈਂਡਸ ਟੂ ਰੋ ਇਨ ਇਟ। ਯੂ ਵੁੱਡ ਗਿਵ ਹਿਮ ਐਨ ਏ ਇਨ ਫਿਜ਼ੀਕਲ ਐਜੂਕੇਸ਼ਨ। ਕਹਿੰਦਾ ਮਗਰ ਫਿਰ ਬਾਅਦ ਵਿੱਚ ਉਹ ਕੁਛ ਇੱਦਾਂ ਦਾ ਐਕਸਪੈਂਸਿਵ ਗੈਜਟ ਲੈ ਆਉਂਦਾ ਔਰ ਪ੍ਰਟੈਂਡ ਕਰਦਾ ਕਿ ਉਹ ਉਹਦੇ ਵਿੱਚ ਕਸ਼ਤੀ ਚਲਾ ਰਿਹਾ। ਹੁਣ ਇਹਦਾ ਮਤਲਬ ਇਹ ਹੋ ਗਿਆ ਕਿ ਉਹਨੇ ਕੋਈ ਬਹੁਤ ਇਸ ਤਰ੍ਹਾਂ ਦਾ ਗੈਜਟ, ਜਿੱਦਾਂ ਦੀਆਂ ਤੁਸੀਂ ਵੀਡੀਓ ਗੇਮਸ ਸੁਣੀਆਂ ਹੀ ਹੋਣਗੀਆਂ, ਉਹ ਆਈਜ਼ ਦੇ ਉੱਤੇ ਕੁਛ ਲਗਾ ਦਿੰਦੇ ਆ ਚਸ਼ਮਾ ਟਾਈਪਸ, ਔਰ ਤੁਸੀਂ ਬੈਠੇ ਬੈਠੇ ਹੀ ਤੁਸੀਂ ਕਹਿੰਦੇ ਹੋ ਮੈਂ ਫੁੱਟਬਾਲ ਖੇਡ ਰਿਹਾ, ਮੈਂ ਬਾਸਕਿਟਬਾਲ ਖੇਡ ਰਿਹਾ, ਅਤੇ ਉਹ ਉੱਦਾਂ ਦਾ ਕੁਛ ਗੈਜਟ ਯੂਜ਼ ਕਰ ਲੈਂਦਾ। ਅਤੇ ਔਰ ਤੁਸੀਂ ਕਹਿੰਦਾ ਇਹੋ ਜਿਹੇ ਬੱਚੇ ਨੂੰ ਜਿਹਨੂੰ ਕੁਛ ਨਹੀਂ ਪਤਾ, ਜਿਹੜਾ ਲਿਫਟ ਯੂਜ਼ ਕਰ ਰਿਹਾ ਆਪਣੇ ਘਰ ਦੇ ਵਿੱਚ ਉੱਪਰ ਜਾਣ ਦੇ ਲਈ, ਉਹਨੂੰ ਤੁਸੀਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਏ ਦਿਓਗੇ। ਹੁਣ ਇਹ ਇੱਕ ਸਟਾਇਰ ਹੈ ਜੋ ਲਾਸਟ ਦੇ ਉੱਤੇ ਉਹਨੇ ਪੂਰੇ ਐਜੂਕੇਸ਼ਨ ਸਿਸਟਮ ਦੇ ਉੱਤੇ ਸਟਾਇਰ ਕੀਤੀ ਹੈ। ਸਟਾਇਰ ਕੀ ਹੁੰਦੀ ਹੈ? ਵਿਅੰਗ ਕਰਨਾ, ਕਿ ਹਾਸੇ ਦੇ ਤਰੀਕੇ ਨਾਲ ਉਹਨੇ ਆਹ ਦਿਖਾਇਆ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਇਹ ਲੂਪ ਹੋਲ ਹੈ ਕਿ ਅਗਰ ਕੋਈ ਬੱਚੇ ਬਹੁਤ ਹੰਬਲ ਬੈਕਗਰਾਊਂਡ ਨੂੰ ਬਿਲੋਂਗ ਕਰਦੇ ਹੈ ਤਾਂ ਉਹਨਾਂ ਨੂੰ ਧਿਆਨ ਨਾਲ ਲੁਕਆਫਟਰ ਨਹੀਂ ਕੀਤਾ ਜਾਂਦਾ। ਸੋ ਵੀ ਆਰ ਡਨ ਵਿਦ ਦ ਚੈਪਟਰ। ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਹੁਣ ਆਪਾਂ ਕਰਨਾ ਕੀ ਹੈ ਕਿ ਤੁਸੀਂ ਇਸ ਚੈਪਟਰ ਦੇ ਵਿੱਚੋਂ ਜੋ ਇੰਪੋਰਟੈਂਟ ਕੁਐਸਚਨਸ ਨੇ ਉਹਨਾਂ ਨੂੰ ਧਿਆਨ ਨਾਲ ਦੇਖ ਲਓ ਔਰ ਚੈਪਟਰ ਧਿਆਨ ਨਾਲ ਸੁਣਿਓ। ਜੇ ਕੋਈ ਕੁਐਸਚਨ ਹੋਵੇ, ਕੋਈ ਕੁਐਰੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ। ਥੈਂਕ ਯੂ ਵੈਰੀ ਮੱਚ, ਸਟੇ ਬਲੈਸਡ ਐਂਡ ਆਲਵੇਜ਼ ਰਿਮੈਂਬਰ, ਕੀਪ ਲਰਨਿੰਗ ਬਿਕੋਜ਼ ਲਰਨਿੰਗ ਇਜ਼ ਲਿਵਿੰਗ।